मेरे भैनों के भ्रा दुनिया के जिस कोने वास्त भी अल्लाह तला तूर सारियाँ खुशियां रहमता बरकत त फरमाए तो असं दवावं ठीक ठाक हाँ तो घर का काम काज थोड़ा कित है तो, तो का। शॉपिंग करना आ गया तो आखिर थोड़ी शॉपिंग कर लीए मौसम बहुत ख़राब है तो ਫਿਰ ਜਿਹੜੀਆਂ ਕਾਰ ਦੀਆਂ ਜ਼ਰੂਰਤਾਂ ਦੀਆਂ ਚੀਜ਼ਾਂ ਨੇ ਖਤਮ ਹੋਈਆਂ ਤੇ ਨਜ਼ਦੀਕ ਹੈ ਨਾ ਛੋਟੀਆਂ-ਛੋਟੀਆਂ ਪਰ ਉਹ ਜ਼ਹਿਰ ਜਿਹੜੀ 1 ਪਾਉਂਡ ਦੀ ਚੀਜ਼ ਹੈ 2 ਪਾਉਂਡ ਦੀ ਤਿੰਨ ਦਿਨ ਕਿ ਮੌਸਮ ਇੱਕਾਂ ਦਾ ਤੇ ਮਹਿੰਗਾਈ ਜ਼ਿਆਦਾ ਕੀਤੀ ਇਹਨੇ ਤੇ ਫਿਰ ਮੈਂ ਇਹ ਕਾਫੀ ਸੌਦਾ ਲੈਣੇ ਤੇ ਚਲੋ ਵੱਡੇ ਸਟੋਰ ਤੋਂ ਲੈ ਆਉਣੇ ਆ ਇਹ ਫਿਰ ਅਸੀਂ ਸ਼ਾਪਿੰਗ ਕਰਨ ਆ ਗਏ ਆ ਤੇ ਦੇਖਨੇ ਹੁਣ ਕਿਹੜੀ ਕਿਹੜੀ ਚੀਜ਼ ਆਪਣੇ ਸਾਹਬ ਦੀ ਮਿਲਦੀ ਹੈ ਜਿਹੜੀ ਖਤਮ ਹੋਈ ਹੈ ਘਰ ਤੇ ਸਾਡਾ ਪੰਜਾਬੀ ਐਸਬੀ ਵਲੌਗ ਨੂੰ ਲਾਈਕ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਜਿੰਨਾ ਕਰ ਦਿੱਤੇ ਹੈ ਮਿਹਰਬਾਨੀ ਉਹਨਾਂ ਦੀ ਤੇ ਜਿੰਨਾ ਨਹੀਂ ਕੀਤੇ ਉਹ ਮਿਹਰਬਾਨੀ ਕਰਕੇ ਸਬਸਕ੍ਰਾਈਬ ਕਰ ਦਿਓ ਤੇ ਨਾਲ ਬੈਲ ਦਾ ਬਟਨ ਵੀ ਪ੍ਰੈਸ ਕਰਿਓ ਤੇ ਔਰ ਦਵਾਵਾਂ ਯਾਦ ਰੱਖਿਓ ਤੇ ਅਸੀਂ ਫਿਰ ਆਖਿਆ ਚਲੋ ਪੈਣਾ ਪਰਵਾਨਾ ਸ਼ੇਅਰ ਕਰੀਏ ਅੱਜ ਨਾਲ ਕੀ ਬਣਾ ਲਗਿਆ ਤੇ ਕੀ ਕਰਨਿਆ ਪਏ ਅੱਜ ਸਾਡਾ ਦਿਨ ਕਿਸ ਤਰ੍ਹਾਂ ਸ਼ੁਰੂ ਹੋਇਆ ਇਹ ਜੀ ਅਸੀਂ ਸ਼ਾਪਿੰਗ ਕਰਨ ਆਏ ਆ ਤੇ ਆਖਿਆ ਦੇਖਣਿਆ ਉਧਰ ਉਹ ਸਨੋ ਵੀ ਪੈਂਦੀ ਹੈ ਭਈ ਤੇ ਬਹੁਤ ਠੰਡਾ ਮੌਸਮ ਹੋਇਆ ਤੇ ਕੁਇਆ ਕੇ ਸ਼ਾਪਿੰਗ ਕਰ ਲਈਏ ਤੇ ਇਹ ਜੀ ਅਸੀਂ ਫੇਰ ਕਰਕੇ ਆ ਗਏ ਆ ਦੋ ਦਾ ਤੇ ਇਸ਼ੂ ਤੇ ਕੋਕੋਪਪਸਾਂ ਦੇਨੇ ਤੇ ਬੱਚਿਆਂ ਦੇ ਜਿਹੜੇ ਕੋਈ ਪੈਰਾਸਟਾ ਮਰ ਗੋਲੀਆਂ ਦਾ ਕੋਈ ਬ੍ਰੈਡ ਤੇ ਬਟਰ ਵਗੈਰਾ ਕੇ ਘਰ ਦੀ ਆ ਸੀਜ਼ਮ ਖਤਮ ਹੋਈ ਵਾ ਵਕੀ ਆਫਤਾ ਡੇਡ ਕੋਈ ਨਹੀਂ ਜਾਣ ਹੋਇਆ ਇਹ ਕ੍ਰਿਪਸ ਹੋ ਗਏ ਇਹ ਛੋਟੀ ਬੇਟੀ ਦੇ ਆਂਦੇ ਨੇ ਦਸਤਾਨੇ ਗਲੋਵਸ ਤੇ ਆਖਿਆ ਸਰਦੀ ਨੇ ਬਹੁਤ ਜ਼ਿਆਦਾ ਹੈ ਬੇਟੇ ਵਾਸਤੇ ਆਂਦਾ ਸਕਾਫ ਗਲੋਵਸ ਟੋਪੀ वैप्स आंदी ने कि जुत्तियाँ गंदा हो साफ कर लेने मैदा आंद फ्रूट चाकलेटा दूसरा आलू के घर का सारा समान आंदा सोने रंगा का पता नहीं कि ज्यादा ही मौसम खराब हो जाए तो फिर चलो नाले घर का सौदा खत्म हो ਜ਼ਰਾ ਦੁਰਤਨੀਆਂ ਚੀਜ਼ਾਂ ਦਾ ਖਿਡਾਵਣੀਆਂ ਪੈਂਦੀਆਂ ਨੇ ਨਾ ਤੇ ਇਹ ਨੂਡਲਸ ਆਂਦੇ ਨੇ ਤੇ ਇਹ ਚੀਜ਼ ਆਂਦੀ ਹੈ ਆਖੇ ਚਲੋ ਕਿਸੇ ਲਈ ਦਿਲ ਆ ਜਾਂਦਾ ਕਿ ਪੀਜ਼ਾ ਬਣਾ ਲਓ ਪੀਜ਼ਾ ਬਣਾ ਲਈਦਾ ਇਹ ਪੈਨਕੇਕ ਉਹ ਬੇਟੀਆਂ ਦੀ ਮੈਂ ਇਹ ਲੈ ਕੇ ਜਾਣੇ ਮੈਂ ਚਲੋ ਹੁਣ ਫਿਰ ਚੜਿਆਂ ਤੁਹਾਡੇ ਹੱਥ ਜੋ ਕੁਝ ਇਹ ਲੀ ਲੋ ਨਾ ਤੇ ਇਹ ਗੱਡੀ ਦੇ ਅੰਦਰ ਵਾਲ ਸ਼ੀਸ਼ਿਆਂ ਨੂੰ ਮਾਰਨੇ ਵਾਸਤੇ ਸਟੀਮ ਹੋ ਜਾਂਦੀ ਹੈ ਤਾਂ ਆਖਿਆ ਚਲੋ ਖੁਸ਼ਾ ਕਰਨ ਵਾਸਤੇ ਇਹ ਅੱਜ ਦੀ ਸਾਡੀ ਸ਼ਾਪਿੰਗ ਹੈ ਜਿਹੜੀ ਅਸੀਂ ਭੈਣਾ ਭਰਾਵਾਂ ਨਾਲ ਸ਼ੇਅਰ ਕੀਤੀ ਹੈ ਤੇ ਉਹਨਾਂ ਅਸੀਂ ਆਂਢੀ ਲਿਆ ਬਣਾਣ ਇਹ ਮੂਲੀਆਂ ਸੀ ਦੋ ਕੇ ਛਿਲਕਾ ਉਤਾਰ ਕੇ ਤੇ ਰੱਖ ਲਈਆਂ ਨੇ ਹੁਣ ਫਿਰ ਅਸੀਂ ਇਹਨਾਂ ਮੂਲੀ ਕੰਡਾ ਕਰਨੇ ਆ ਆਖਿਆ ਪਾਣੀ ਖੁਸ਼ਕ ਹੋ ਲੈਣੇ ਇਹਨਾਂ ਦਾ ਤੇ ਇਹ ਲਈ ਅਸੀਂ online ਮਜ਼ਦੂਰੀ ਕਰਨ ਤੇ ਫਿਰ ਮੂਲੀ ਅੰਡਾ ਚੂਰੀ ਖਾਵਾਂਗੇ ਤੇ ਇਹ ਯਕਸਰਸਾਈਜ਼ ਹੋ ਰਹੀ ਹੈ ਨਾਲੇ ਅ ਸਬਜ਼ੀ ਤੇ ਗਏ ਮੂਲੀ ਅੰਡਾ ਕਰਨ ਤੇ ਨਾਲੇ ਐਕਸਰਸਾਈਜ਼ ਹੋ ਰਹੀ ਹੈ ਆਪਣੇ ਡਬਲ ਕੰਮ ਹੋ ਰਿਹਾ ਨੇ ਨਾ ਵਰੇ ਕਮਸੀ ਛੋੜ ਦਿੱਤੇ ਨਾ ਪੈਣਾ ਸਾਰਿਆਂ ਤੇ ਕੋਈ ਆਧਰੂ ਕਹਿੰਦੀ ਹੈ ਦਰਦ ਨੇ ਕੋਈ ਆਧਰ ਸੋਲਤਾ ਸਨ ਮਸ਼ੀਨਾਂ ਦੀਆਂ ਮਿਲ ਗਈਆਂ ਨੇ ਤੇ ਐਸੀ ਹਾਂਡੀ ਰੱਖ ਲਈਏ ਕੁਕਿੰਗ ਆਇਲ ਡਾਲ ਲੈਨੇ ਆ ਤੇ ਫਿਰ ਪਿਆਜ਼ ਡਾਲਨੇ ਆ ਪਿਆਜ਼ ਅਸੀਂ ਉਤਨੀ ਦੇਰ ਰੱਖਨੇ ਨੇ ਕਿ ਬਰੌਨ ਹੋ ਜਾਣ ਤੇ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਤੇ ਦੁਆਵਾਂ ਸਾਨੂੰ ਯਾਦ ਰੱਖਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤੇ ਹੈ ਮਿਹਰਬਾਨੀ ਮੇਰੇ ਭੈਣਾ ਭਰਾਵਾਂ ਦਾ ਜਿਨ੍ਹਾਂ ਨੇ ਨਹੀਂ ਕੀਤੇ ਤਾਂ ਕਰ ਦਿਓ ਪਲੀਜ਼ ਮਿਹਰਬਾਨੀ ਹੋਵੇ ਦੀ ਤੁਹਾਡੀ ਇਹ ਅਸੀਂ ਮੂਲੀ ਕੰਡਾ ਕਰਕੇ ਰੱਖ ਲਿਆ ਤੇ ਇਹ ਫਿਰ ਅਸਾ ਹੈ ਨਾ ਮਸਾਲਾ ਬਣਾ ਲਈਏ ਨਾ ਉਸ ਤਰੀਆ ਬਣਾਈ ਦੀ ਇਹ ਵੀ ਸਬਜੀ ਮੂਲੀ ਦੀ ਕੇ ਜਿਸ ਤਰ੍ਹਾਂ ਚਲ ਜਮੋਗੇ ਆਲੂ ਗੋਭੀ ਹੋ ਗਈ ਆਮ ਸਬਜ਼ੀ ਐ ਨਮਕ ਚੂਰਾ ਮਿਰਚ ਐ ਮਿਰਚਾਂ ਦੋ ਕਿਸਮ ਦੀਆਂ ਐ ਹਰੀ ਮਿਰਚ ਟਮਾਟਰ ਤੇ ਇੱਕ ਤੇ ਮੈਂ ਮਿਰਚ ਪਾਊਡਰ ਡਾਲਿਆ ਤੇ ਇੱਕ ਦੂਸਰਾ ਨਾ ਸੁਆ ਜਿਹੜਾ ਕਸ਼ਮੀਰੀ ਮਿਰਚ ਪਾਊਡਰ ਉਹ ਡਾਲਿਆ ਕਿ ਕਲਰ ਆ ਜਾਂਦਾ ਹੈ ਅੰਟੀ ਦਾ ਸੁਰਖ ਸੁਰਖ ਤੇ ਐ ਅਸੀਂ ਉਹ ਟਮਾਟਰ ਤੇ ਆ ਮਿਰਚਾਂ ਡਾਲ ਲੰਨੇ ਆ ਜਰਾ ਕੀਨਾ ਅਸੀਂ ਕੁਝ 2-3 ਮਿੰਟ ਪੁਣਾ ਦੇ ਤਾਂ ਕੇ ਮਸਾਲਾ ਜਾਂ ਬਣ ਜੇ ਤੇ ਫੇਰ ਅਸੀਂ ਨਾ ਜਿਹੜਾ ਮooli ਕੰਡਾ ਕਰਕੇ ਰੱਖਿਆ ਉਹ ਢਾਲ ਲੈਨੇ ਆ ਤੇ ਅੱਲਾਹ ਅੱਲਾਹ ਹੈ ਸੱਲਾ ਬਾਸ ਇਹ ਵੀ ਜਿਹੜੀ ਸਬਜ਼ੀ ਹੈ ਨਾ ਮooli ਆ ਦੀ ਜ਼ਹਰਾਰ ਹਲਾਕੇ ਦਾ ਆਪਣਾ ਆਪਣਾ ਟੇਸਟ ਆਪਣਾ ਆਪਣਾ ਖਾਣੇ ਦਾ ਹੁੰਦਾ ਹੈ ਚੀਜ਼ ਬਣਾਉਣੇ ਦਾ ਤੇ ਸਾਡੇ ਤੇ ਅਮੀ ਵਾਲੀ ਸ਼ੁਰੂ ਤੋਂ ਲੈ ਕੇ ਮooli ਕੰਡਾ ਬਣਾਉਂਦੇ ਨੇ ਤੇ ਬਹੁਤ ਟੇਸਟੀ ਇਹ ਸਬਜ਼ੀ ਬਣਦੀ ਹੈ ਮooli ਦੀ ਕਿ ਫਿਰ ਸਵੇਰ ਜਿਹੜਾ ਪਰਾਠਾ ਚਲਾ ਲਓ ਡਬਲ ਟੇਸਟ ਇੱਕ ਵਾਰੀ ਸ਼ਾਮ ਨੂੰ ਐਸੇ ਹੀ ਖਾ ਲਓ ਤੇ ਸਵੇਰ ਫਿਰ ਪਰਾਠੇ ਬਣਾ ਕੇ ਖਾ ਲਓ ਤੇ ਇਹ ਜਿਸੀ ਉਹਨਾਂ ਪਾਣੀਆਂ ਵਿੱਚ ਜਿਹੜਾ ਮੁੱਲੇ ਕੰਡਾ ਕਰਕੇ ਰੱਖਿਆ ਮুলੀਆਂ ਤੇ ਇਹ ਆਪਣੇ ਪਾਣੀ ਛੋੜਨੀਆਂ ਜ਼ਿਆਦਾ ਤੇ ਅੱਗਾ ਜ਼ਰੂਰ ਤਾਂ ਪਈ ਤਾਂ ਸੀ ਡਾਲਣਾ ਤੇ ਥੋੜਾ ਕੀ ਦੇਖਾਂ ਦੇ ਕੇ ਜੇ ਗਲ ਗਈਆਂ ਨੇ ਤੇ ਫਿਰ उस भुन ला थे जे ना गलियाँ तो फिर पानी पा ला कितना प्यारा कलर कल कल है अल्लाह तमीन इंसान वास्तर गर उ सुरफ कलर है माल्टा कलर तो यह जी चिट्टिया व्हाइट बनाइया ने माँशाल वोदी छान इत बड़िया नज़र आंदियां ने कितनिया छाना माला क्या सोना ਅਸੀਂ ਹੁਣ ਥੋੜਾ ਇਹਨਾਂ ਨੂੰ ਮਿਕਸ ਕਰ ਲੈਂਦੇ ਆ ਇਹ ਦੇਖੇ ਕਿਤਨਾ ਪਿਆਰੀਆਂ ਕੋਈ ਵਾਈਟ ਸਫੇਦ ਲਾਤਾ ਪਿਆ ਕਿ ਨੂੰ ਮਸਾਲਾਦਾਰ ਤੇ ਇਤਨੀ ਦੇਰ ਤਾਂ ਆਖਿਆ ਚਲੋ ਆਂਡੀ ਬਣ ਜੇ ਤੇ ਨਾਲੇ ਆਟਾ ਗੁੰਦ ਲੈਂਦੇ ਆ ਸਾਰੇ ਕੰਮ ਨਾ ਕਦੇ ਕਦੇ ਬਹੁਤ ਜ਼ਿਆਦਾ ਨਾ ਗਠੀ ਹੋਈ ਜਾਂਦੀ ਹੈ ਅੱਜ ਸ਼ਾਪਿੰਗ ਵੀ ਕਰਨੀ ਹੈ ਆਟਾ ਵੀ ਬੋ ਦਨਾ ਹੈ ਆਂਡੀ ਬਣਾਣੀ ਹੈ ਬੱਚਾ ਨੂੰ ਸਕੂਲ ਤੋਂ ਲੈ ਕੇ ਆਣਾ ਤੇ ਮਕਾफी ਨਾ ਐਕਸਰਸਾਈਜ਼ ਇਨਸਾਨ ਦੀ ਹੁੰਦੀ ਹੈ ਚਲੋ ਲਾਥਾ ਲਾ ਇਸ ਮਜ਼ਦੂਰੀ ਦੀ ਮਿਹਨਤ ਕਦੇ ਦੇ ਹੀ ਦੇਣਾ ਬੱਚਿਆਂ ਦੀ ਸੂਰਤ ਵਿੱਚ ਤੇ ਅਸੀਂ ਆਟਾ ਮਲੋ ਕੇ ਰੱਖ ਲਿਆ ਤਾਂ ਉਹ ਨਾ ਦੋ ਤਿੰਨ ਮੁੱਕੀਆਂ ਦੇ ਕੇ ਤੇ ਦੇਖਨੇ ਆ ਤੇ ਸਾਰੇ ਕੰਮ ਕਰਦੇ ਕਰਦੇ ਨਾ ਸਾਰੇ ਗੱਠੇ ਹੋ ਜਾਂਦੇ ਨੇ ਤੇ ਇਹ ਅਸੀਂ ਆਟਾ ਹੋਂ ਰੱਖ ਲਿਆ ਤੇ ਡੱਬੇ ਚ ਢਾਲ ਲਾਂਗੇ ਇੱਕ ਦੋ ਹੋਰ ਮੁੱਕੀ ਦੇ ਕੇ ਤੇ ਆਪਣਾ ਬਹੁਤ ਸਾਰਾ ਖਿਆਲ ਰੱਖਣੀਆਂ ਮੇਰੀਆਂ ਭੈਣਾ ਤੇ ਜਿਨੇ ਜਿਨੇ ਨਹੀਂ ਸਬਸਕ੍ਰਾਈਬ ਕੀਤੇ ਆ ਉਹ ਵੀ ਕਰਿਓ ਪਲੀਜ਼ ਤੇ ਐ ਜਰਾ ਕੀ ਜੇ ਨੂੰ ਤਾਜ਼ਾ ਕਰਨੇ ਵਾਸਤੇ ਲਕਡਾਉਨ ਹੋਇਆ ਤਾਂ ਆਖਿਆ ਚਲੋ ਹੋਰ ਕੁਝ ਨਹੀਂ ਤੇ ਇਸ ਤਰ੍ਹਾਂ ਖਿਆਲ ਅਦਰ ਲੈ ਕੇ ਜਾਣੇ ਆ ਜਰਾ ਕੀ ਅੱਲਾਹ ਤਾਲਾ ਪਰੇਸ਼ਾਨੀਆਂ ਦੂਰ ਕਰਨ ਤੇ ਅਸੀਂ ਫਿਰ ਹੁਣ ਐ ਫਿਰ ਆਖਿਆ ਹੁਣ ਇਨੋਂ ਜਿਆ ਆਟੇ ਨੂੰ ਤੁਸੀਂ 2-4 ਮਿੰਟ ਰੱਖ ਦੋ ਨਾ ਦੋ ਤਿੰਨ ਮੁਖੀਆਂ ਦੇ ਕੇ ਤੇ ਫਿਰ ਮਾਸ਼ਾਅੱਲਾ ਬਹੁਤ ਸੋਨਾ ਗੁੰਦਨੈ ਬਹੁਤ ਸੋਹਣੀ ਰੋਟੀ ਬਣਦੀ ਹੈ ਇਹ ਅਸੀਂ ਉਹਨਾਂ ਛੋਟੇ ਡੱਬੇ ਚ ਢਾਲ ਲੈਣੇ ਆ ਮਿਠਾ ਕਰ ਲਿਆ ਦੇਖਿਆ ਕਿੰਨਾ ਆਟਾ ਸੋਨਾ ਗੁਦਿਆ ਕਿ ਨਾਲ ਨਹੀਂ ਹੱਥਾਂ ਨਾਲ ਵੀ ਨਹੀਂ ਲੱਗਿਆ ਤੇ ਪ੍ਰਾਤ ਨਾਲ ਵੀ ਲੱਗਿਆ ਤੇ ਅਦਰਾਂਡੀ ਦੇਖ ਲੈਨੇ ਆ ਇਹ ਸਾਡੀ ਹਾਂਡੀ ਚ ਪਾਣੀ ਹੈ ਇਹ ਪੋਣਨੇ ਦੇ ਕਬਲ ਨਹੀਂ ਹੈ ਤੇ ਇਹਦੀ ਅਸੀਂ ਡਾਲ ਲਿਆ ਸੁੱਕਾ ਧਨੀਆ ਪਾਊਡਰ ਤੇ ਮਸਾਲਾ ਤੇ ਨਾਲ ਡਾਲਨੇ ਆ ਜਿਹੜਾ ਨਾ ਗ੍ਰੀਨ ਧਨੀਆ ਹਰਾ ਇਹਦੀ ਆਪਣੀ ਬਹੁਤ ਜ਼ਿਆਦਾ ਖੁਸ਼ਬੂ ਮਾਸ਼ੱਲਾ ਹੁੰਦੀ ਹੈ ਦੇ ਨਾਲ ਡਾਲ ਲੈਣੇ ਆ ਕਸੂਰੀ ਮੇਥੀ ਤੇ ਇਹ ਜੀ ਸਾਡੀ ਅੱਜ ਦੀ ਵੀਡੀਓ ਜਿਹੜੀ ਅਸੀਂ ਪਹਿਨਾ ਪਰਾਵਾਂ ਨਾਲ ਸ਼ੇਅਰ ਕੀਤੀ ਹੈ ਤੇ ਤੁਸੀਂ ਆਪਣੇ ਕਰਿਓ ਜਿਹੜਾ ਨਾ ਪਹਿਨਾ ਪਰਾਵਾਂ ਨਾਲ ਆਪਣੀਆਂ ਸਹਲੀਆਂ ਨਾਲ ਆਪਣੇ ਫਰੈਂਡਾਂ ਨਾਲ ਚਲੋ ਇੱਕ ਵਾਰੀ ਹੁੰਦਾ ਹੈ ਪਹਿਨ ਪਰਾ ਦਾ ਨਾ ਪਿਆਰੀ ਹੁੰਦਾ ਹੋਰ ਕੀ ਤੇ ਇਹ ਜੀ ਸਾਡਾ ਬਣ ਗਿਆ ਮੁਲੀ ਕੰਡਾ ਸਬਜ਼ੀ ਜਿਹੜੀ ਆਂਦੀ ਬਣਾਈਏ ਅਸੀਂ ਅੱਜ ਮਾਸ਼ਾਅੱਲਾ ਸ਼ਬੂਤ ਬਹੁਤ ਪਿਆਰੀ ਆਂਦੀ ਹੈ ਉਹ ਖਾਣ ਦੇ ਤਾਂ ਪਤਾ ਚੱਲੇਦਾ ਇਹ ਅਸੀਂ ਕਸੂਰੀ ਮੇਥੀ ਉਹ ਡਾਲ ਲਨੇ ਆ ਦੋ ਤਿੰਨ ਮਿੰਟ ਰੱਖਾ ਦੇ ਉਪਰ ਨਾਲ ਕੀ ਆਂਚ ਤੇ ਬਾਕੇ ਦਿਨ ਆ ਸਬੂਆ ਜੇ ਇਹ ਦੇਖੇ ਕਿੰਨਾ ਪਿਆਰਾ ਸਾਲਨ ਬਣ ਗਿਆ और मेरी अपना प्राण नज़दीक नहीं कि ना तो चखा के ए सब्जी मूलीकंडे दी कितनी टेस्टी बन रही है देखा जी ए जी अपना बहुत सारा ख्याल रखियो असी न... ए ना कवे कि चाह न मूली कंडा खाने वैसे ही साह तो दिल किया चाह पी रहे तो अपना बहुत सारा ख्याल रखियो तो खुदा फ़ीज रखा